ਜਿਹੜੀ ਨਾ ਜੀ ਸਟਾਰਟ ਹੋ ਗਈ ਆ, ਔਰ ਸਾਡਾ ਪੱਖਾ ਵੀ ਜਿਹੜਾ ਨਾ ਜੀ ਉੱਤੇ ਪਿਆ ਹੋਇਆ, ਉਹ ਚੈੱਕ ਕਰੋ। ਓਏ ਹੋਏ ਹੋਏ, ਜ਼ੁਲਮ ਦੀ ਇੰਤਹਾ ਹੈ ਯਾਰ। ਪੜੇਗਾ ਨਾ ਤੇ ਉਸ ਸਮੇਂ ਦੀ ਢਾਲ ਜਾਂ ਇਹਦੇ ਪਾਣੀ ਦੇ ਜਿਹੜਾ ਲੈਵਲ ਹੈ ਨਾ, ਉਹ ਸਾਰਾ ਆਪਾਂ ਇੱਥੇ ਲੈ ਕੇ ਆਉਣਾ, ਔਰ ਇਹ ਫਿਰ ਘਰ ਤੋਂ ਬਾਹਰ ਬਾਹਰ ਹੀ ਪਾਣੀ ਜਿਹੜਾ ਨਾ ਇਹਦਾ ਸਾਰਾ ਨਹੀਂ ਛੱਡ ਕੇ ਸਾਰੇ ਜਾ ਰਹੇ ਨੇ, ਮੈਨੂੰ ਕਰੀ ਨਹੀਂ ਛੱਡ ਕੇ ਸਾਰੇ ਹੀ ਜਾ ਰਹੇ ਨੇ। ਹਾਂਜੀ ਬੱਚੇ ਪਹਿਲੇ ਚਲੇ ਗਏ ਨੇ, ਤੁਸੀਂ ਜਾਂਦਾ ਪਿਆ ਸਿਰਫ ਹੈਦਰ ਤੇ ਦੂਸਰਾ ਬੱਟੀ ਜਣਾ ਬੈਠੋ ਸਕੂਲ ਨਾਲ। ਚਲੋ ਜਾਓ ਅੱਲਾ ਸ਼ੁਕਰ, ਲੇਕਿਨ ਜਲਦੀ ਆ ਜਾਣਾ ਅਸੀਂ ਇੱਥੇ ਗਾਬੇਰ ਨਾ ਜਾਈਏ। ਹਾਂ ਮਾਸ਼ਾ ਅੱਲਾ ਮਾਸ਼ਾ ਅੱਲਾ, ਬਹੁਤ ਮਜ਼ਾ ਆ ਰਿਹਾ, ਮੇਰਾ ਤਾਂ ਦਿਲ ਕਰਦਾ ਪਿਆ। ਛੱਤ ਦਾ ਪਾਣੀ ਚੈੱਕ ਕਰੋ ਜੀ, ਛੱਤ ਦਾ ਪਾਣੀ ਜਿਹੜਾ ਨਾ ਕਿੰਨੀ ਸਪੀਡ ਨਾਲ ਥੱਲੇ ਆਉਂਦਾ ਪਿਆ, ਔਰ ਮੈਂ ਜਿਹੜੀ ਉਹਨੇ ਜਾਲੀ ਫੁੱਟ ਦਿੱਤੀ ਹੈ, ਮੈਂ ਕਿਹਾ ਤੂੰ ਬ੍ਰਿਜ ਕੇ ਨਾ ਜਾਂ ਕਮਰੇ 'ਚ ਨਾ ਪਾਣੀ ਆ ਜਾਵੇ ਥੱਲੇ ਹੀ ਜਾਵੇ। ਤੋ ਬੇਟਾ ਜਿਹੜਾ ਨਹੀਂ ਜੀ ਬੂਹੇ ਘਰੋਂ ਨਿਕਲੇ ਨੇ ਅਤੇ ਇੱਕ ਦੋ ਵਪਾਰੀਆਂ ਕਰਨ ਲੱਗੇ ਨੇ ਅਤੇ ਪਲਾਟ 'ਤੇ ਪਹੁੰਚੇ ਖੋਤੇ ਨੇ ਅਤੇ ਨਾਂਦਾ ਖਾਰਾ ਬਾਹਰ ਹੀ ਚੱਲ ਰਿਹਾ। ਮੇਰਾ ਮਾੜਾ ਜਿਹਾ ਯੂ ਪੀ ਐੱਸ ਹੈ ਜੀ, ਐਵੇਂ ਨਾ ਛੋਟੀ ਜਿਹੀ ਬੈਟਰੀ ਰੱਖੀ ਹੋਈ ਹੈ ਯੂ ਪੀ ਐੱਸ ਰੱਖਿਆ, ਵੀ ਬਾਅਦ ਬਾਅਦ ਅਗਰ ਬਿਜਲੀ ਨਾ ਹੋਵੇ ਨਾ ਤਾਂ ਇੱਕ ਅੱਧਾ ਬਲਬ ਜਿਹੜਾ ਨਾ ਉਹ ਬੰਦਾ ਚਲਾ ਲਵੇ। ਉਹ ਹੁਣ ਫਿਲਹਾਲ ਚਲਾਇਆ ਔਰ ਇਹ ਵਾਲਾ ਬਲਬ ਜਿਹੜਾ ਨਾ ਇੱਕ ਚੱਲਦਾ ਪਿਆ। ਬਿਸਮਿਲ੍ਲਾਹਿਰਰਹਿਮਾਨਿਰਰਹੀਮ, ਅਸਲਾਮ ਅਲੈਕੁਮ, ਪਰਵਰਦਿਗਾਰ ਦੀਆਂ ਰਹਿਮਤਾਂ ਬਰਕਤਾਂ ਅਤੇ ਨਿਮਤਾਂ ਦੇ ਨਾਲ ਅੱਜ ਦੀ ਵੀਡੀਓ ਦਾ ਆਗਾਜ਼ ਕਰਨੇ ਆ। ਬਿਲਾਲ ਸਾਹਿਬ, ਟੋਪੀ ਮਸਜਿਦ ਦੀ ਹੈ ਤੁਹਾਡੇ ਸਿਰ 'ਤੇ, ਇਹ ਰੱਖੀ ਜਾਓ। ਜੁਮਾ ਪੜ੍ਹ ਕੇ ਨਾ ਜੀ ਹੁਣੇ ਹੁਣੇ ਬਾਹਰ ਨਿਕਲਿਆ, ਕਾਰੀ ਸਾਹਿਬ ਕੋਲ ਬੈਠੇ ਰਹੇ, ਬਾਕੀ ਆਵਾਮ ਤਾਂ ਸਾਰੀ ਚਲੀ ਗਈ ਆ, ਲੇਕਿਨ ਸਿਰਫ ਅਸੀਂ ਦੋਵੇਂ ਜਿਹੜੇ ਨਾਲ ਬੈਠੇ ਹੋਏ ਆ। ਓਹੋ ਕੀ ਹਾਲ ਨੇ ਬਾਈ ਜਾਨ, ਪੰਜਾਬ ਗਵਰਨਮੈਂਟ ਹਿੰਮਤ ਕਾਰਡ ਕੀ ਹੋਏਗੀ, ਪੰਜਾਬ ਮਰੀਮ ਨਵਾਜ਼ ਕੀ ਫੈਸਿਲਿਟੀ ਉੱਥੇ? ਉਹਨਾਂ ਦੀ ਫੈਸਿਲਿਟੀ ਇਹ ਹੈ ਕਿ 3 ਮਹੀਨੇ ਬਾਅਦ ਫੀ ਮਜ਼ਦੂਰ ਨੂੰ 7,500 ਰੁਪਇਆ ਮਿਲੇਗਾ। ਲੇਕਿਨ ਜੀ 7,500 ਰੁਪਇਆ ਫੀ ਇੱਕ ਬੰਦੇ ਨੂੰ ਮਿਲਣਾ 3 ਮਹੀਨੇ ਬਾਅਦ, 90 ਦਿਨਾਂ ਬਾਅਦ, ਉਹ ਕੀ ਕਰੇਗਾ? ਬਸ ਜੀ ਗੁਜ਼ਾਰਾ ਹੀ ਕਰੇਗਾ ਫਿਲਹਾਲ ਯਾਰ। 3 ਮਹੀਨਿਆਂ ਬਾਅਦ ਇੱਕ ਸੂਟ ਵੀ ਬੰਦਾ ਲਵੇ ਨਾ, ਬਿਲਕੁਲ, ਤੇ 5-6 ਹਜ਼ਾਰ ਦਾ ਸੂਟ ਮਿਲਦਾ ਤੇ ਇੱਕ ਨਾਲ ਜੁੱਤੀ ਮਿਲਦੀ ਆ, ਬਸ ਬਾਈ ਸਾਹਿਬ, ਤੇ 3 ਮਹੀਨਿਆਂ ਵਿੱਚ ਮੁਨੀਰ ਸਾਹਿਬ ਜੁੱਤੀ ਟੁੱਟ ਜਾਂਦੀ ਬੰਦੇ ਦੀ ਕਿ ਨਹੀਂ? ਟੁੱਟ ਜਾਂਦੀ, ਬਿਲਕੁਲ ਟੁੱਟ ਜਾਂਦੀ ਹੈ, ਤੇ ਜੁੱਤੀ ਕੱਪੜਾ ਵੀ 3 ਮਹੀਨਿਆਂ ਬਾਅਦ ਉਹ ਨਹੀਂ ਲੈ ਸਕਦਾ ਬਾਈ। ਦੇਖੋ ਨਾ ਜੀ, ਹੁਣ ਤੁਹਾਨੂੰ ਪਤਾ ਅਰਸ਼ ਨਦੀਮ ਨੇ ਗੋਲਡ ਮੈਡਲ ਜਿੱਤਿਆ, ਕਰੋੜਾਂ ਨੂੰ ਪੈਸਾ ਮਿਲਿਆ, ਲੇਕਿਨ ਹਕੂਮਤ ਨੂੰ ਚਾਹੀਦਾ ਖਾਸ ਤੌਰ 'ਤੇ ਜਿਹੜੇ ਮਜ਼ਦੂਰ ਅਫਸਰ ਹੈ ਨਾ ਜੀ, ਉਹਨਾਂ ਦੀ ਖਿਦਮਤ ਕਰੇ। ਬਿਲਕੁਲ, ਇਹ ਹੱਕ ਬਣਦਾ ਹੈ ਗਵਰਨਮੈਂਟ ਦਾ, ਜਿਹੜੇ ਮਜ਼ਦੂਰ ਨੇ ਉਹਨਾਂ ਦਾ ਕੋਟਾ ਫਿਕਸ ਹੋਵੇ, ਉਹਨਾਂ ਦੇ ਕੋਟੇ ਦੇ ਮੁਤਾਬਿਕ ਉਹਨਾਂ ਨੂੰ ਇੱਕ ਤੇ ਜੋਬ ਹੋਵੇ, ਉਹਨਾਂ ਦੀ ਐਜੂਕੇਸ਼ਨ ਦੇ ਮੁਤਾਬਿਕ ਉਹਨਾਂ ਨੂੰ ਜੋਬ ਜਿਹੜੀ ਹੈ ਨਾ ਉਹ ਫਰਾਮ ਕੀਤੀ ਜਾਵੇ, ਔਰ ਉਸ ਤੋਂ ਇਲਾਵਾ ਵਜ਼ੀਫੇ ਜਿਹੜੇ ਉਹਨੂੰ ਬਾਕੀ ਜੋ ਲੱਗ ਜਾਂਦੇ ਨੇ ਸਕੂਲਾਂ 'ਚ ਲੱਗ ਜਾਂਦੇ ਨੇ, ਉਹਨਾਂ ਵਜ਼ੀਫਿਆਂ ਨਾਲੋਂ ਇਹ ਬਿਹਤਰ ਹੈ ਕਿ ਇਹ ਮਜ਼ਦੂਰ ਜਿਹੜੇ ਨਾ ਉਹਨਾਂ ਦੇ ਵਜ਼ੀਫੇ ਲੱਗ ਜਾਣ। ਸਫਦਰ ਬਾਈ, ਮੇਰੀ ਸੋਸ਼ਲ ਮੀਡੀਆ 'ਤੇ ਅਲਹਮਦੁਲਿਲਾ ਕਾਫੀ ਐਕਟੀਵਿਟੀਜ਼ ਹੁੰਦੀ ਰਹਿੰਦੀ ਹੈ, ਮੈਂ ਤੁਹਾਡੇ ਇਸ ਪਲੇਟਫਾਰਮ ਦੇ ਤਰਫੋਂ ਇਹੀ ਮੈਸੇਜ ਦੇਵਾਂਗਾ ਗੌਰਮੈਂਟ ਨੂੰ, ਅਗਰ ਕੋਈ ਮੈਸੇਜ ਦੇਖ ਰਿਹਾ ਹੈ ਜਾਂ ਵੀਡੀਓ ਦੇਖ ਰਿਹਾ ਹੈ ਕੋਈ ਵੀ ਗੌਰਮੈਂਟ ਨੂੰ ਚਲਾਏ, ਅਤੇ ਉਹ ਇਹੀ ਮੈਸੇਜ ਅੱਗੇ ਫਾਰਵਰਡ ਕਰੇ ਗੌਰ ਖਾਸ ਤੌਰ 'ਤੇ ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਸ਼ਰੀਫ ਸਾਹਿਬਾਂ ਨੂੰ, ਕਿ ਖਾਸ ਅਗਰ ਦੇਖੇ ਨਾ ਜੀ, ਠੀਕ ਹੈ ਕਾਮਯਾਬੀ ਅਗਰ ਕਿਸੇ ਨੂੰ ਮਿਲਦੀ ਹੈ ਤਾਂ ਉਹਨੂੰ ਇਤਨੇ ਕਰੋੜਾਂ ਨਾਲ ਪੈਸਾ ਦਿੱਤਾ ਜਾਂਦਾ, ਲੇਕਿਨ ਗਰੀਬ ਆਵਾਮ ਦਾ ਵੀ ਸੋਚੇ, ਇੱਕ ਮਜ਼ਦੂਰ ਜਾਂ ਮਜ਼ਦੂਰ ਹੈ ਜੀ ਕੋਈ ਵੀ ਦੋ ਕੈਟਾਗਰੀ ਦੇ, ਉਹ 700-500 ਰੁਪਏ ਕਮਾਉਂਦਾ, ਉਹਨੂੰ 7,500 ਮਿਲਦਾ 3 ਮਹੀਨੇ ਬਾਅਦ, ਉਹ ਕੀ ਕਰੇਗਾ? ਕੱਪੜੇ ਇੱਕ ਸੂਟ ਨਹੀਂ ਲੈ ਸਕਦਾ, ਮਤਲਬ ਜੁੱਤੀ ਨਹੀਂ ਪਹਿਨ ਸਕਦਾ। ਉਹ ਤੁਹਾਡੇ ਉਹ ਸਕੂਲ 'ਚ ਵੀ ਕਹਿ ਰਹੇ ਸਨ ਕਿ ਦੁੱਧ ਪਿਲਾਉਣਾ ਵਾ ਬੱਚਿਆਂ ਨੂੰ, ਤੇ ਉਹ ਸ਼ੁਰੂ ਹੋਇਆ ਕੰਮ? ਦੁੱਧ ਕਹਿ ਰਹੇ ਨੇ ਜੀ ਅਸੀਂ ਸਕੂਲ 'ਚ ਨਾ ਦੁੱਧ ਪਿਲਾਉਣਾ, ਇਹ ਇਨਸ਼ਾਅੱਲਾ ਹੋ ਜਾਏਗਾ।
ਮੁਕੰਮਲ ਕਹਿ ਦਿੰਦੇ ਹਨ ਸਭ ਇਸ ਤੋਂ ਇਲਾਵਾ ਬੜੀ ਐਕਟੀਵਿਟੀਜ਼ ਹੈ ਲੇਕਿਨ ਦੁਆ ਕਰਦਾ ਕਿ ਮੁਲਕ ਪਾਕਿਸਤਾਨ ਦੇ ਹਾਲਾਤ ਅੱਲਾਹ ਤਾਲਾ ਦੇ ਅੱਲਾਹ ਬਿਹਤਰ ਕਰੇ ਔਰ ਅੱਲਾਹ ਤਾਲਾ ਬਿਹਤਰ ਦੁਆ ਹੋ ਸਕੀ ਜੀ ਬਿਲਕੁਲ ਭਾਈ ਬਾਕੀ ਨਾ ਉਮੀਦੀ ਵਾਲੀ ਚੀਜ਼ ਹੈ ਜੁਮਾ ਪੜ੍ਹ ਕੇ ਬਾਹਰ ਨਿਕਲੇ ਹਾਂ ਜੀ ਔਰ ਭਾਈ ਹੋਰਾਂ ਨੂੰ ਬਾਹਰ ਛੱਡਣਾ ਸੀ ਥੋੜ੍ਹਾ ਜਿਹਾ ਜਿਹੜੇ ਭਾਈ ਹੋਰਾਂ ਨੂੰ ਮਿਲਿਆ ਨਾ ਉਹਨਾਂ ਨੂੰ ਛੱਡਣਾ ਵਾ ਅਗਲੇ ਪੈਟਰੋਲ ਪੰਪ 'ਤੇ ਅਤੇ ਰੋਡ ਦੇ ਬਾਹਰ ਆਏ ਨਾ ਤਾਂ ਮੌਸਮ ਜਿਹੜਾ ਨਾ ਕਾਫੀ ਜ਼ਿਆਦਾ ਖਰਾਬ ਹੋ ਗਿਆ ਇੱਧਰੋਂ ਜਿਹੜੀ ਆਵਾਮ ਆਉਂਦੀ ਪਈ ਨੇ ਕਹਿੰਦੀ ਬਹੁਤ ਬਾਰਿਸ਼ ਆਉਂਦੀ ਪਈ ਹੈ ਪਿੱਛੇ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੈ ਇਸ ਸਾਈਡ 'ਤੇ ਬਾਰਿਸ਼ ਆਇਆ ਥੋੜ੍ਹਾ ਜਿਹਾ ਅੱਗੇ ਸਿਰੇ ਅੱਧੇ ਕਿਲੋਮੀਟਰ 'ਤੇ ਕਹਿੰਦੇ ਨੇ ਬਹੁਤ ਜ਼ਿਆਦਾ ਤੇਜ਼ ਬਾਰਿਸ਼ ਆਉਂਦੀ ਪਈ ਕੱਲ੍ਹ ਵੀ ਸਾਰਾ ਦਿਨ ਜਿਹੜਾ ਨਾ ਜੀ ਬਾਰਿਸ਼ ਹੁੰਦੀ ਰਹੀ ਆਸੇ ਪਾਸੇ ਇਸ ਜਗ੍ਹਾ 'ਤੇ ਬਾਰਿਸ਼ ਨਹੀਂ ਹੋਈ ਅਤੇ ਅੱਜ ਵੀ ਆਸੇ ਪਾਸੇ ਬਾਰਿਸ਼ ਹੁੰਦੀ ਪਈ ਇਸ ਜਗ੍ਹਾ 'ਤੇ ਨਹੀਂ ਆ ਗਿਆ ਜਲਦੀ ਚੱਲ ਬਾਰਿਸ਼ 'ਚ ਨਕਦੀ ਬਲੀਜ ਜਾਂਦੀ ਲੇਕਿਨ ਇੱਥੇ ਹੋ ਨਹੀਂ ਸਕਦੀ ਹਾਂਜੀ ਪਤਾ ਨਹੀਂ ਅਸੀਂ ਕੜਵੇ ਹਾਂ ਜਾਂ ਫਿਰ ਇਲਾਕਾ ਹੀ ਪੂਰਾ ਕੜਵਾ ਹੈ ਨਹੀਂ ਯਾਰ ਇਸ ਤਰ੍ਹਾਂ ਵੈਸੇ ਨਹੀਂ ਕਹਿਣਾ ਚਾਹੀਦਾ ਸੋਰੀ ਜੀ ਕੋਈ ਨਾ ਕੋਈ ਪ੍ਰੋਬਲਮ ਤਾਂ ਹੈ ਕਿ ਇਸ ਏਰੀਏ ਦੇ ਵਿੱਚ ਬਾਰਿਸ਼ ਨਹੀਂ ਆ ਰਹੀ ਔਰ ਆਸੇ ਪਾਸੇ ਨਾ ਇੱਕ ਇੱਕ ਕਿਲੋਮੀਟਰ ਅੱਧੇ ਅੱਧੇ ਕਿਲੋਮੀਟਰ ਦੇ ਫਾਸਲੇ ਦੇ ਨਾਲ ਬਾਰਿਸ਼ ਆਈ ਜਾਂਦੀ ਹੈ ਔਰ ਤਕਰੀਬਨ ਪਿਛਲਾ ਹਫ਼ਤਾ ਦੋ ਹਫ਼ਤੇ ਇੰਝ ਹੀ ਗੁਜ਼ਰ ਗਏ ਨੇ ਮਸਰੂਫ਼ ਜ਼ਿੰਦਗੀ ਹੈ ਜੀ ਸਾਡੇ ਸਾਰਿਆਂ ਦੀ ਬੇਗਮ ਸਾਹਿਬਾ ਦਾ ਹੁਣ ਟਾਈਮ ਲੱਗਾ ਸਫਾਈਆਂ ਕਰਨ ਦੇ ਹੈ ਸੁਬਾਹ ਦੀ ਉੱਠੀ ਹੋਈ ਜਿਹੜਾ ਨਾ ਹੁਣ ਟਾਈਮ ਲੱਗਾ ਹਾਂਜੀ ਹਾਂ ਆਪ ਤੋਂ ਨਾ ਬੋਲੋ ਉਸਕੀ ਤਾਂ ਸਮਝ ਆਈ ਕਿ ਨਹੀਂ ਆਈ ਆਪ ਨੇ ਕਿਉਂ ਬਤਾਇਆ ਬੇਟਾ ਛੋੜ ਕੇ ਨਹੀਂ ਗਿਆ ਤਾਂ ਮੈਂ ਜੁਮਾ ਪੜ੍ਹਨ ਗਿਆ ਤਾਂ ਨਾ ਤੋ ਆਪ ਸਾਥ ਨਹੀਂ ਜਾ ਸਕਦੇ ਥੇ ਆ ਜਾਓ ਬਾਹਰ 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 ਆ ਜਾਓ ਜੀ ਬੋਲੋ ਜਦੋਂ ਗੁੱਸੇ 'ਚ ਹੋਵੇ ਨਾ ਜੀ ਉਦੋਂ ਥੋੜ੍ਹਾ ਬਹੁਤ ਐਗਰੈਸਿਵ ਹੋ ਜਾਂਦੀ ਬੂਹਾ ਖੁੱਲ੍ਹਾ ਰਹਿਣ ਦੇ ਯਾਰ ਦੋਵੇਂ ਤਾਂ ਦੂਆ ਨਹੀਂ ਬਲਕਿ ਉਹ ਇੱਕ ਖੋਲ ਦੇ ਇੱਕ ਨੂੰ ਖੋਲ ਦੇ ਸਾਰਿਆਂ ਨੂੰ ਆ ਜਾ ਆ ਜਾ ਆ ਜਾ ਅਤੇ ਆਹ ਫੈਜ਼ਾ ਨੂੰ ਇੱਧਰ ਲੈ ਕੇ ਆਓ ਫਿਰ ਉੱਧਰ ਚਲੀ ਗਈ ਰੁਸ ਕੇ ਜੁਮਾ ਪੜ੍ਹਨ ਜਾ ਰਹੇ ਸੀ ਅਤੇ ਕਹਿੰਦੀ ਜੀ ਮੇਰੇ ਨਾਲ ਮੈਨੂੰ ਨਾਲ ਲੈ ਕੇ ਜਾਣਾ ਵਾ ਅਤੇ ਉੱਥੇ ਤਾਂ ਫਿਰ ਅਸੀਂ ਜਾਣਾ ਨੂੰ ਲੈ ਕੇ ਨਹੀਂ ਸੀ ਹੈ ਕਿਉਂਕਿ ਉੱਥੇ ਫਿਰ ਇਹ ਤੰਗ ਵੀ ਕਰਦੀ ਮਸਜਿਦ ਦੇ ਅੰਦਰ ਫਿਰ ਸਕੂਨ ਨਾਲ ਬਹਿੰਦੀ ਵੀ ਨਹੀਂ ਨਮਾਜ਼ੀਆਂ ਦੇ ਅੱਗੇ ਭੱਜਦੀ ਆ ਅਤੇ ਇਸ ਤਰ੍ਹਾਂ ਕਰਕੇ ਨਾ ਫਿਰ ਮੈਂ ਇਹਨੂੰ ਨਾਲ ਨਹੀਂ ਲੈ ਕੇ ਗਿਆ ਇਹਨੂੰ ਯਾਰ ਮਨਾ ਯਾਰ ਕੋਈ ਕੁਛ ਆਇਆ ਇਹਨੂੰ ਦੇ ਯਾਰ ਕੋਈ ਖਾਣ ਪੀਣ ਵਾਲੇ ਇੱਕ ਵਾਰੀ ਤੁਹਾਨੂੰ ਵੱਟ ਲੈ ਹੈਗਾ ਨਾ ਥੋੜ੍ਹੀ ਦੇਰ ਬਾਅਦ ਹੀ ਹੈਨਾ ਨਸਲ ਸ਼ਾਮਿਲ ਹੈ ਨਾ ਆਪਣੀ 'ਚ ਸਾਡੀ ਨਸਲ 'ਚ ਸ਼ਾਮਿਲ ਹੈ ਜੀ ਥੋੜ੍ਹੀ ਥੋੜ੍ਹੀ ਗੱਲ ਤੋਂ ਅਸੀਂ ਰੁੱਸ ਪੈਂਦੇ ਹਾਂ ਪਰ ਹਾਲ ਜੀ ਜੁਮਾ ਸ਼ੁਮਾ ਪੜ੍ਹ ਕੇ ਵਾਪਸ ਆ ਚੁੱਕੇ ਹੋਏ ਹਾਂ ਮੌਸਮ ਜਿਹੜਾ ਨਾ ਬਾਹਰ ਦਾ ਖਰਾਬ ਹੈ ਥੋੜ੍ਹਾ ਜਿਹਾ ਮੌਸਮ ਅਗਰ ਸੈੱਟ ਹੁੰਦਾ ਬਾਰਿਸ਼ 'ਚ ਥੋੜ੍ਹਾ ਜਿਹਾ ਵੇਖਦੇ ਨੇ ਵੀ ਚੱਲਦੀ ਹੈ ਅਤੇ ਫਿਰ ਬਾਹਰ ਜਿਹੜਾ ਅਸੀਂ ਸੈਟਅਪ ਬਣਾਇਆ ਨਾ ਉੱਥੇ ਜਾ ਕੇ ਅੱਜ ਪਹਿਲੀ ਰੈਸਪੀ ਜਿਹੜੀ ਹੈ ਨਾ ਉਹ ਬਣਾਉਣ ਦਾ ਇਰਾਦਾ ਹੈ ਕਿ ਉੱਥੇ ਜਾ ਕੇ ਨਾ ਪਹਿਲੀ ਰੈਸਪੀ ਬਣਾਵੀਏ ਚਾਵਲ ਸ਼ਾਵਲ ਜਿਹੜੇ ਨਾ ਉੱਥੇ ਜਾ ਕੇ ਬਣਾਵਾਂਗੇ ਚਟਾਈ ਲੈ ਜਾਵਾਂਗੇ ਅਗਰ ਮੌਸਮ ਠੰਡਾ ਰਿਹਾ ਅਤੇ ਫਿਰ ਵੀ ਸਕੂਨ ਹੋਏਗਾ ਵਰਨਾ ਫਿਰ ਸ਼ਾਮ ਨੂੰ ਵੈਸੇ ਪਰੂ ਜਿਹੜਾ ਨਾ ਦਰਖਤਾਂ ਦੀ ਛਾਂ ਛੂੰ ਆ ਜਾਂਦੀ ਮੌਸਮ ਜਿਹੜਾ ਨਾ ਬਿਹਤਰੀਨ ਹੋ ਜਾਂਦਾ ਜਿਹੜੀ ਨਾ ਜੀ ਸਟਾਰਟ ਹੋ ਗਈ ਆ ਔਰ ਸਾਡਾ ਪੱਖਾ ਵੀ ਜਿਹੜਾ ਨਾ ਜੀ ਉੱਤੇ ਪਿਆ ਉਹ ਚੈੱਕ ਕਰੋ ਓਏ ਹੋਏ ਹੋਏ ਜ਼ੁਲਮ ਦੀ ਇੰਤਹਾ ਹੈ ਯਾਰ ਔਰ ਮੈਂ ਚਾਹੁੰਦਾ ਵਾਂ ਇਹ ਵਾਲੀ ਚਾਰ ਪਾਈ ਇੱਕ ਚਾਰ ਪਾਈ ਜਿਹੜੀ ਇਹ ਨਾ ਲਾਜ਼ਮੀ ਲੈ ਕੇ ਜਾਣੀ ਪੈਣੀ ਅਲਹਮਦੁਲਿਲਾ ਜੀ ਅਲਹਮਦੁਲਿਲਾ ਯਾ ਅੱਲਾ ਤੇਰਾ ਲੱਖ ਲੱਖ ਸ਼ੁਕਰ ਹੈ ਜਿਤਨਾ ਸ਼ੁਕਰ ਅਦਾ ਕਰੀਏ ਨਾ ਉਤਨਾ ਕਰਤੇ ਪਿਛਲੇ ਤਿੰਨ ਚਾਰ ਦਿਨ ਦੀ ਇੰਨੀ ਸ਼ਦੀਦ ਗਰਮੀ ਪੈਂਦੀ ਪਈ ਸੀ ਨਾ ਇੰਨੀ ਸ਼ਦੀਦ ਗਰਮੀ ਪੈਂਦੀ ਪਈ ਸੀ ਨਾ ਯਕੀਨ ਕਰੇ ਜੀ ਨਾ ਲਬਾਂ 'ਤੇ ਜਾਨ ਆਈ ਹੋਈ ਸ਼ੁਕਰ ਅਲਹਮਦੁਲਿਲਾ ਬਾਰਿਸ਼ ਜਿਹੜੀ ਹੈ ਨਾ ਜੀ ਆਈ ਬੜੀ ਕੱਲ੍ਹ ਕੀ ਪਿਛਲੇ ਤਿੰਨ ਚਾਰ ਪੰਜ ਦਿਨ ਤੋਂ ਬੜੀ ਗਰਮੀ ਸੀ ਬੱਦਲ ਵੀ ਬਣਦੇ ਸੀ ਨਾ ਬੱਦਲ ਵੀ ਬਣਦੇ ਸੀ ਮੌਸਮ ਠੰਡਾ ਵੀ ਹੁੰਦਾ ਸੀ ਨਾ ਲੇਕਿਨ ਸਕੂਨ ਕੋਈ ਨਹੀਂ ਸੀ ਆਉਂਦਾ ਇੰਝ ਤਾਂ ਮੌਸਮ ਸੀ ਇਹ ਵਾਲੀ ਜਿਹੜੀ ਬਾਰਿਸ਼ ਹੁੰਦੀ ਪਈ ਹੈ ਨਾ ਜੀ ਅਲਹਮਦੁਲਿਲਾ ਅਗਲੇ 8-10 ਦਿਨ ਜਿਹੜੇ ਇੰਨਾ ਸਕੂਨ ਦੇ ਗੁਜ਼ਰਨਗੇ ਕਿਉਂਕਿ ਇਸ ਤੋਂ ਅੱਗੇ ਅੱਗੇ ਸਰਦੀ ਜਿਹੜੀ ਹੈ ਨਾ ਉਹ ਸਟਾਰਟ ਹੁੰਦੀ ਪਈ ਆ ਅਤੇ ਹੁਣ ਜਿਹੜਾ ਨਾ ਮੌਸਮ ਇੰਨਾ ਜ਼ਿਆਦਾ ਗਰਮ ਨਹੀਂ ਰਹਿਣਾ ਅਗਰ ਅੱਜ ਦੀ ਬਾਰਿਸ਼ ਨਾਲ ਮੌਸਮ ਜ਼ਿਆਦਾ ਠੰਡਾ ਹੋਇਆ ਨਾ ਤਾਂ ਅੱਗੇ ਨੈਕਸਟ ਕੋਈ 8-10 ਦਿਨਾਂ ਬਾਅਦ ਜਾਂ 15 ਦਿਨਾਂ ਬਾਅਦ ਮਜ਼ੀਦ ਇੱਕ ਬਾਰਿਸ਼ ਆ ਗਈ ਨਾ
ਤੇ ਸਮਝ ਲਓ ਗਰਮੀ ਜਿਹੜੀ ਹੈ ਨਾ ਬਿਲਕੁਲ ਖਤਮ ਹੋ ਜਾਏਗੀ। ਨਾਉਣਾ ਵਾ ਨਾਉਣਾ ਬਾਰਿਸ਼ ਵਿੱਚ ਨਾ ਲਓ ਜਾਓ ਚਲੋ ਨਾ ਲਓ ਫਿਰ ਬਾਰਿਸ਼ ਖਤਮ ਹੋ ਜਾਣੀ ਜੇ ਤੂੰ ਵੀ ਨਾਉਣਾ ਵਾ ਆ ਜਾ ਚਲੋ ਚਲੋ ਵੀ ਆ ਜਾਓ ਨਾਓ ਚੜਦੇ ਗਿਰਾਜ ਬਾਅਦ ਕਰ ਲਵੀ ਇੱਕ ਵਾਰੀ ਬਹਿ ਜਾ ਕੇ ਨਾਲੇ ਹੈਦਰ ਆਉਂਦਾ ਪਿਆ ਉਹਨੂੰ ਵੇਖ ਜਾ ਕੇ ਚਲੋ ਕੋਈ ਨੀ ਜਾ ਕੇ ਇੱਕ ਵਾਰੀ ਚੁੱਕ ਵੇਖ ਉਹਨੂੰ ਕੀ ਹੈ ਇਹ ਸਫਾਈ ਫਿਰ ਹੋ ਜਾਏਗੀ ਬਾਅਦ ਵਿੱਚ ਬਸ ਇੱਥੇ ਬਾਹਰ ਸਕੂਨ ਕਰੋ ਹੁਣ ਬਾਰਿਸ਼ ਤਾਂ ਵੈਸੇ ਖਤਮ ਹੋ ਗਈ ਹੈ ਜ਼ਿਆਦਾ ਦੇਰ ਤਾਂ ਨਹੀਂ ਹੋਈ ਤੂੰ ਹੁਣ ਆਪਣੇ ਕੱਪੜੇ ਨਾ ਜ਼ਿਆਦਾ ਖਰਾਬ ਕਰ ਉਹ ਤਾਂ ਸਲਵਾਰ ਚੁੱਕ ਚੁੱਕ ਸਾਰੀ ਸਲਵਾਰ ਆਪਣੀ ਚੁੱਕ ਆਪਣੀ ਹੋਰ ਚੁੱਕ ਤਾਂ ਇੱਥੇ ਚੱਲ ਬਸ ਠੀਕ ਹੈ ਬਾਹਰ ਇੰਜੋਏ ਕਰੋ ਇਹ ਕੁਰਸੀ ਲੈ ਲਓ ਬੈਠਣਾ ਤੂੰ ਜਾਂ ਫਿਰ ਬੈਠ ਜਾਓ ਕੁਰਸੀ ਡਾਲ ਕੇ ਮੈਂ ਤੇ ਹਦਰ ਕੁਰਸੀ ਤੇ ਬੈਠੇ ਹੋਏ ਜੀ ਬਾਰਿਸ਼ ਇੰਜੋਏ ਕਰਦੇ ਪਏ ਬੱਚੇ ਬਾਹਰ ਖੇਡ ਕੇ ਬਾਰਿਸ਼ ਇੰਜੋਏ ਕਰਦੇ ਪਏ ਮਾਸ਼ਾਅੱਲਾ ਬਾਰਿਸ਼ ਜਿਹੜੀ ਹੈ ਨਾ ਫਿਰ ਦੁਬਾਰਾ ਆਉਣ ਲੱਗ ਪਈ ਅੱਗੇ ਰੁਕ ਗਈ ਸੀ ਉਹ ਯਾਰ ਉਹਨੂੰ ਖਪਾਉਂਦੇ ਕਿਉਂ ਪਏ ਹੋ ਅੱਛਾ ਟੀਚਰ ਬਣੀ ਖਲੀ ਵਾਹ ਜੀ ਵਾਹ ਚੈੱਕ ਕਰੋ ਜੀ ਔਰ ਬਾਰਿਸ਼ ਮਾਸ਼ਾਅੱਲਾ ਨਾ ਅੱਛੀ ਹੁੰਦੀ ਪਈ ਹੈ ਮਜ਼ੀਦ 15-20 ਮਿੰਟ ਬਾਰਿਸ਼ ਅਗਰ ਹੋ ਗਈ ਨਾ ਤੇ ਮਾਸ਼ਾਅੱਲਾ ਮੌਸਮ ਜਿਹੜਾ ਨਾ ਠੰਡਾ ਠਾਰ ਹੋ ਜਾਏਗਾ ਹਾਂਜੀ ਇੰਜੋਏ ਹੋ ਰਿਹਾ ਹਾਂ ਅਗਰ ਬਾਰਿਸ਼ ਰੁਕੀ ਤਾਂ ਬਾਹਰ ਬਣਾਏਗੀ ਅਗਰ ਬਾਰਿਸ਼ ਨਾ ਰੁਕੀ ਤਾਂ ਫਿਰ ਅੰਦਰ ਇਧਰ ਹੀ ਬਣਾਏਗੇ ਬਾਰਿਸ਼ ਕੋ ਹੋਣੇ ਦੋ ਅਭੀ ਬਹੁਤ ਟਾਈਮ ਬੜਾ ਹੋਇਆ ਹਲੇ ਬਹੁਤ ਟਾਈਮ ਹੈ ਹੋਣੇ ਦੋ ਬਾਰਿਸ਼ ਵਾਹ ਵਰਨਾ ਜਬ ਜੈਸੀ ਬਾਰਿਸ਼ ਰੁਕਣੀ ਹੈ ਨਾ ਸਾਰਾ ਪਾਣੀ ਸ਼ਾਨੀ ਖਤਮ ਹੋ ਜਾਣਾ ਉਹ ਆਟੋਮੈਟਿਕ ਹੋ ਗਿਆ ਲੇਕਿਨ ਉਹ ਜ਼ਿਆਦਾ ਲੋਡ ਬਣ ਜਾਏਗਾ ਸ਼ਾਇਦ ਹੋ ਸਕਦਾ ਮਿੱਟੀ ਜੋ ਹੈ ਨਾ ਉਹ ਅੱਗੇ ਨਾ ਸਲਿਪ ਹੋ ਗਈ ਤੇਨਾਂ ਲੋਡ ਬਣੇਗਾ ਨਾ ਹੱਥੋਂ ਆਪਣੇ ਜਗ੍ਹਾ ਤੇ ਮਿੱਟੀ ਆ ਜਾਏਗੀ ਹਾਂਜੀ ਬਾਜੀ ਹਾਂ ਅੱਜ ਹਮ ਬਣਾਏਗੇ ਪਕੌੜੇ ਜਾਂ ਸਮੋਸੇ ਹਾਂ ਫਿਰ ਸਮੋਸੇ ਪਹਿਲੇ ਵੀ ਆਪਣੇ ਕੱਪੜੇ ਐਸਾ ਕਰੋ ਨਾ ਆਪ ਜਾਓ ਪਿੱਛੇ ਤੱਕ ਹਾਂਜੀ ਲੇਕਿਨ ਅੰਦਰ ਨਾ ਜਾਣਾ ਉਸਕੇ ਉੱਪਰ ਪਾਉਂ ਨਹੀਂ ਰੱਖਣਾ ਅੰਦਰ ਜਾ ਕੇ ਵੈਸੇ ਦੇਖ ਕੇ ਆਓ ਵੀ ਪਾਣੀ ਜੋ ਹੈ ਨਾ ਉਹ ਮਿੱਟੀ ਸਾਰੀ ਆ ਤੂੰ ਨਹੀਂ ਰਹੀ ਖੁਰ ਕੇ ਨੀਚੇ ਮੈਨੂੰ ਗੱਲੀ ਨੂੰ ਛੱਡ ਕੇ ਸਾਰੇ ਜਾ ਰਹੇ ਨੇ ਮੈਨੂੰ ਕਰੀ ਨੂੰ ਛੱਡ ਕੇ ਸਾਰੇ ਹੀ ਜਾ ਰਹੇ ਚਲੋ ਜਾਓ ਲੇਕਿਨ ਜਲਦੀ ਆ ਜਾਣਾ ਇੱਥੇ ਗਾਬੇਰ ਨਾ ਜਾਈਏ ਹਾਂ ਮਾਸ਼ਾਅੱਲਾ ਮਾਸ਼ਾਅੱਲਾ ਬਹੁਤ ਮਜ਼ਾ ਆ ਰਿਹਾ ਮੇਰਾ ਤਾਂ ਦਿਲ ਕਰਦਾ ਪਿਆ ਇਤਨੀ ਗਰਮੀ ਹੈ ਨਾ ਜੀ ਦਿਲ ਕਰਦਾ ਪਿਆ ਕਿ ਉਹਦਾ ਨਾਵਾਂ ਸ਼ੁਰੂ ਕਰ ਦੇਵੇ ਸੁਬਹ ਦੇ ਤੜਕਿੰਦੇ ਪਿਆ ਪੱਖਿਆਂ ਦੋ ਪੱਖੇ ਲੱਗੇ ਨੇ ਕੋਈ ਸਕੂਨ ਨਹੀਂ ਆ ਦੁਆਵਾਂ ਮੰਗ ਮੰਗ ਕੇ ਨਾ ਬਾਰਿਸ਼ ਰਹੀਏ ਅੱਲਾ ਪਾਕ ਦੀ ਰਹਿਮਤ ਹੋ ਗਈ ਜੀ ਸ਼ੁਕਰ ਅਲਹਮਦੁਲਿਲਾ ਬਾਰਿਸ਼ ਬੜੀ ਤੇਜ਼ ਆ ਰਹੀ ਜ਼ੋਰੋ ਸ਼ੋਰਾਂ ਨਾਲ ਚਲੋ ਜੀ ਇੰਜੋਏ ਕਰਨ ਲੇਕਿਨ ਮੈਂ ਮਜਬੂਰ ਹਾਂ ਫਿਰ ਮੈਂ ਬੱਚੇ ਨੂੰ ਛੱਡ ਕੇ ਨਹੀਂ ਜਾ ਸਕਦੀ ਤੁਹਾਨੂੰ ਪਤਾ ਫਿਰ ਇੱਦਾਂ ਵੀ ਇਹਨਾਂ 'ਚ ਰੋਣ ਲੱਗ ਪਵੇ ਫਿਰ ਬੰਦਾ ਗਿੱਲਾ ਆ ਗਿਆ ਕੋਰਬਾ ਵਿੱਚ ਉਹ ਵੀ ਨੱਚਾ ਹੁੰਦਾ ਮਾਸ਼ਾਅੱਲਾ ਜੀ ਅੱਜ ਤਾਂ ਨਾ ਰਿਕਾਰਡ ਹੀ ਜਿਹੜਾ ਨਾ ਉਹ ਟੁੱਟ ਗਿਆ ਬਾਰਿਸ਼ ਵਾਲਾ
ਤਕਰੀਬਨ ਡੇਢ ਘੰਟਾ ਹੋ ਗਿਆ ਬਾਰਿਸ਼ ਨੂੰ, ਲਗਾਤਾਰ ਬਾਰਿਸ਼ ਜਿਹੜੀ ਨਾ ਆਉਂਦੀ ਰਹੀ ਹੈ, ਔਰ ਮਾਸ਼ਾਅੱਲਾ ਬਹੁਤ ਬਾਰਿਸ਼ ਹੋਈ, ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਵੈਸੇ ਘਰ ਸਾਡਾ ਜਿਹੜਾ ਨਾ ਜੀ ਪਾਣੀ ਦਾ ਬਰੀਜਾ ਪਿਆ, ਖੈਰ ਹੈ ਕੋਈ ਮਸਲੇ ਵਾਲੀ ਗੱਲ ਨਹੀਂ ਹੈ। ਇੱਧਰੋਂ ਤਾਂ ਪਾਣੀ ਆਉਂਦਾ ਨਾ, ਸਾਡਾ ਜਿਹੜਾ ਨਾ ਮਮਟੀ ਕੋਈ ਨਹੀਂ ਬਣੀ ਹੋਈ ਨਾ, ਤਾਂ ਉਹਦੀ ਵਜ੍ਹਾ ਤੋਂ ਫਿਰ ਸੀੜੀਆਂ ਤੋਂ ਪਾਣੀ ਜਿਹੜਾ ਨਾ ਉਹ ਥੱਲੇ ਆਉਣਾ ਹੀ ਆਉਣਾ ਹੁੰਦਾ। ਛੱਤ ਦਾ ਪਾਣੀ ਚੈੱਕ ਕਰੋ ਜੀ, ਛੱਤ ਦਾ ਪਾਣੀ ਜਿਹੜਾ ਨਾ ਕਿਹਦੀ ਸਪੀਡ ਨਾਲ ਥੱਲੇ ਆਉਂਦਾ ਪਿਆ, ਔਰ ਮੈਂ ਜਿਹੜੀ ਨੇ ਜਾਲੀ ਪੁੱਟ ਦਿੱਤੀ ਹੈ। ਮੈਂ ਕਿਹਾ ਤੂੰ ਬਰੀਜ ਕੇ ਨਾ ਅਤੇ ਇਹ ਕਮਰੇ 'ਚ ਨਾ ਪਾਣੀ ਆ ਜਾਵੇ, ਥੱਲੇ ਜਾਵੇ ਪਾਣੀ, ਕਿਉਂਕਿ ਛੱਤ ਬਿਲਕੁਲ ਸਾਫ਼ ਹੈ ਇਸ ਵਜ੍ਹਾ ਤੋਂ। ਮੈਂ ਤੈਨੂੰ ਖੋਲ੍ਹ ਦਿੱਤਾ, ਮੈਂ ਕਿਹਾ ਕਚਰਾ ਮਚਰਾ ਤਾਂ ਹੈ ਕੋਈ ਨਹੀਂ, ਅਤੇ ਹੋਏ ਹੋਏ ਚੱਲ। ਹਾਂ ਮੈਨੂੰ ਪਤਾ ਹੈ ਤੁਸੀਂ ਕਹਿਣਾ ਹੈ ਕਿ ਯਾਰ ਇਹ ਕਿਹੜਾ ਤਰੀਕਾ ਕਿ ਤੁਸੀਂ ਪਿੱਛੇ ਜਿਹੜਾ ਨਾ ਡਰੇਨ ਬਾਰਿਸ਼ ਵਾਲਾ ਜਿਹੜਾ ਪਾਣੀ ਹੈ ਨਾ ਤੁਸੀਂ ਪਿੱਛੇ ਲਾਇਆ ਹੋਇਆ, ਉਹ ਬਿਲਕੁਲ ਤੁਹਾਡੀ ਗੱਲ ਬਜਾ ਹੈ, ਇਹ ਮਜਬੂਰਨ ਇੱਥੋਂ ਜਿਹੜਾ ਨਾ ਲਾਇਆ ਹੋਇਆ। ਮੈਂ ਇਹਦਾ ਜਿਹੜਾ ਨਾ ਜੀ ਪਰਛਾ ਉਹ ਆਹ ਵਾਲਾ ਬਣਵਾਇਆ ਹੋਇਆ, ਤੁਹਾਡੇ ਸਾਹਮਣੇ ਨਜ਼ਰ ਆਉਂਦਾ ਪਿਆ ਹੋਏਗਾ ਤੁਹਾਨੂੰ ਨਾ ਇੱਧਰ, ਲੇਕਿਨ ਬਾਈਜਾਨ ਜਦੋਂ ਲੈਂਡਰ ਪਾ ਕੇ ਗਏ ਨਾ, ਉਹਨਾਂ ਨੇ ਲੈਵਲ ਹੀ ਇਸ ਕਿਸਮ ਦਾ ਬਣਾਇਆ ਹੈ ਕਿ ਇੱਥੋਂ ਪਾਣੀ ਸ਼ੁਰੂ ਹੁੰਦਾ ਔਰ ਉਸ ਨੁੱਕਰ 'ਤੇ ਪਾਣੀ ਜਾਂਦਾ, ਅਤੇ ਫਿਰ ਮੈਨੂੰ ਮਜਬੂਰਨ ਉੱਥੋਂ ਜਿਹੜਾ ਨਾ ਪੈਪ ਲਾ ਕੇ ਥੱਲੇ ਪਾਣੀ ਲਾਉਣਾ ਪਿਆ। ਜਿਵੇਂ ਹੀ ਆ ਉਤਲਾ ਫਰਸ਼ ਬਣੇਗਾ ਨਾ, ਅਤੇ ਉਸ ਟਾਈਮ ਇਹਦੀ ਢਾਲ ਜਾਂ ਇਹਦੇ ਪਾਣੀ ਦੇ ਜਿਹੜਾ ਲੈਵਲ ਹੈ ਨਾ ਉਹ ਸਾਰਾ ਆਪਾਂ ਇੱਥੇ ਲੈ ਕੇ ਆਉਣਾ, ਔਰ ਇਹ ਫਿਰ ਘਰ ਤੋਂ ਬਾਹਰ ਬਾਹਰ ਹੀ ਪਾਣੀ ਜਿਹੜਾ ਨਾ ਇਹਦਾ ਸਾਰਾ ਰਹੇਗਾ, ਬਾਹਰ ਵਾਲੀ ਹੋਦੀ 'ਚ ਪਾਣੀ ਜਾਏਗਾ, ਅੰਦਰ ਵਾਲੇ ਸੀਵਰੇਜ 'ਚ ਕਿਸੇ ਜਗ੍ਹਾ ਤੋਂ ਵੀ ਪਾਣੀ ਬਾਰਿਸ਼ ਦਾ ਨਹੀਂ ਜਾਏਗਾ। ਲੇਕਿਨ ਹੁਣ ਮਜਬੂਰਨ ਇੱਧਰੋਂ ਹੀ ਪਾਣੀ ਸਾਡਾ ਜਿਹੜਾ ਨਾ ਉਹ ਲਾਉਣਾ ਪੈਂਦਾ, ਅਤੇ ਬਾਰਿਸ਼ ਵੀ ਮਾਸ਼ਾਅੱਲਾ ਚੰਗੀ ਟਿਕਾ ਕੇ ਹੋਈ ਆ, ਅਤੇ ਪਾਣੀ ਵੀ ਜਿਹੜਾ ਨਾ ਜੀ ਚੰਗਾ ਟਿਕਾ ਕੇ ਹੀ ਲਾਉਂਦਾ ਪਿਆ। ਆਵਾਜ਼ ਚੈੱਕ ਕਰੋ, ਸ਼ੁਕਰ ਅਲਹਮਦੁਲਿਲਾ ਜੀ ਬਾਰਿਸ਼ ਆਈ ਹੈ, ਕੋਈ ਮਸਲੇ ਵਾਲੀ ਗੱਲ ਨਹੀਂ ਹੈ। ਬਾਰਿਸ਼ ਤਾਂ ਪਾਣੀ ਥੱਲੇ ਚਲਾ ਗਿਆ, ਫਰਸ਼ ਧੁੱਪ ਜਾਏਗਾ, ਸਫਾਈ ਵੀ ਹੋ ਜਾਏਗੀ, ਸਾਰਾ ਕੁਝ ਠੀਕ ਹੋ ਜਾਏਗਾ, ਲੇਕਿਨ ਬਾਰਿਸ਼ ਆਈ ਨਾ ਇਹ ਸ਼ੁਕਰ ਅਲਹਮਦੁਲਿਲਾ। ਉਹ ਚੈੱਕ ਕਰੋ ਨਾ ਜੀ ਫਸਲ ਦਾ ਕੀ ਹਾਲ ਹੋਇਆ, ਸਾਰੀ ਜਿਹੜੀ ਹੈ ਨਾ ਫਸਲ ਥੱਲੇ ਡਿੱਗ ਪਈ ਹੋਈ ਹੈ, ਕਿਉਂਕਿ ਨਾ ਬਾਰਿਸ਼ ਹੀ ਇੰਨੀ ਤੇਜ਼ ਹੈ, ਹਵਾ ਨਹੀਂ ਸੀ ਹੈ, ਖਾਲੀ ਬਾਰਿਸ਼ ਨਾਲ ਹੀ ਪੱਠੇ ਜਿਹੜੇ ਨਾ ਸਾਰੇ ਡਿੱਗ ਪਏ ਨੇ ਥੱਲੇ। ਸਾਰਾ ਜਿਹੜਾ ਨਾ ਜੀ ਹਾਲਾਤ ਚੈੱਕ ਕਰੋ, ਕਿੱਡੇ ਸਾਫ਼ ਸੁਥਰਾ ਮਾਹੌਲ ਹੋ ਗਿਆ ਹੈ। ਔਰ ਸਾਡੀਆਂ ਚਾਰ ਪਹੀਆਂ ਜਿਹੜੀਆਂ ਨਾ ਜੀ ਉਹ ਗਿੱਲੀਆਂ ਹੋ ਗਈਆਂ ਨੇ ਅੱਜ, ਤਾਂ ਵੈਸੇ ਵੀ ਮਾਸ਼ਾਅੱਲਾ ਹੁਣ ਮੌਸਮ ਜਿਹੜਾ ਨਾ ਉਹ ਠੀਕ ਹੋ ਗਿਆ, ਅੰਦਰ ਹੀ ਸਵਾਂਗੇ, ਉੱਤੇ ਆਉਣ ਦੀ ਲੋੜ ਹੀ ਨਹੀਂ ਪੈਣੀ, ਲੇਕਿਨ ਬਾਰਿਸ਼ ਨਾਲ ਨਾ ਸਾਰੀਆਂ ਚਾਰ ਪਹੀਆਂ ਜਿਹੜੀਆਂ ਨਾ ਗਿੱਲੀਆਂ ਹੋ ਗਈਆਂ ਨੇ। ਇਹਨਾਂ ਦੀ ਖੈਰ ਆ, ਲੱਕੜ ਦੀ ਚਾਰ ਪਹੀ ਜਿਹੜੀ ਹੈ ਨਾ ਔਰ ਸੂਤਰ ਦੀ ਜਿਹੜੀ ਚਾਰ ਪਹੀ ਹੁੰਦੀ ਹੈ ਨਾ, ਇਹ ਗਿੱਲੀ ਹੋ ਵੀ ਜਾਵੇ ਤਾਂ ਇਹਦਾ ਨਾ ਟੈਨਸ਼ਨ ਨਹੀਂ ਹੁੰਦੀ, ਇਹ ਸੁੱਕ ਜਾਂਦੀ ਆ। ਵਾਹਣ ਜਿਹੜਾ ਹੁੰਦਾ ਨਾ ਜੀ ਵਾਹਣ, ਉਹ ਵਾਲਾ ਨਹੀਂ ਗਿੱਲਾ ਹੋਣਾ ਚਾਹੀਦਾ, ਵਰਨਾ ਉਹ ਕਾਲਾ ਹੋ ਜਾਂਦਾ ਔਰ ਉਹ ਚਾਰ ਪਹੀ ਜਿਹੜੀ ਹੈ ਨਾ ਬਿਲਕੁਲ ਖਰਾਬ ਹੋ ਜਾਂਦੀ। ਅਤੇ ਉਹ ਫਿਰ ਇੱਕ ਚਾਰ ਪਹੀ ਜਿਹੜੀ ਹੈ ਨਾ ਉਹ ਮੈਂ ਦਬਾ ਦਬ ਚੁੱਕ ਕੇ ਅੰਦਰ ਲੈ ਗਿਆ ਸੀ, ਔਰ ਉੱਥੇ ਪੱਖਾ ਅਸੀਂ ਰੱਖਦੇ ਹੁੰਦੇ ਹਾਂ, ਪੱਖਾ ਵੀ ਚੁੱਕ ਕੇ ਅੰਦਰ ਲੈ ਗਿਆ ਸੀ, ਬਾਕੀ ਕੋਈ ਚੀਜ਼ ਵੀ ਬੀਜਣ ਵਾਲੀ ਕੋਈ ਨਹੀਂ ਸੀ ਹੈ ਉੱਤੇ, ਬਾਕੀ ਆਰਸ਼ਾ ਜਿਹੜੀ ਹੈ ਨਾ ਉਹ ਉਸ ਤਰ੍ਹਾਂ ਫਿਰ ਅਸੀਂ ਛੱਡ ਦਿੱਤੀ। ਨਹੀਂ ਲੱਗਦੀ ਵੀ ਹਾਂਜੀ ਹੁਣ ਪਿਓ ਬੇਟਾ ਹੈਦਰ ਦੀ ਵਾਰੀ ਹੈ ਜੀ, ਹੁਣ ਬਾਹਰ ਬਾਰਿਸ਼ ਵਿੱਚ ਅਸੀਂ ਸਾਰਾ ਨਾਤੇ ਹਾਂ, ਐਜ਼ਾ ਫੈਜ਼ਾ ਮੈਂ ਬਿਲਾਲ ਅਤੇ ਹੈਦਰ ਦੇ ਦੀ ਅੰਮੀ ਜਿਹੜੇ ਨਾ ਜੀ ਬੈਠੇ ਰਹੇ ਨੇ। ਹਾਂਜੀ ਅਤੇ ਹੁਣ ਸਾਡੀ ਵਾਰੀ ਹੈ, ਹੁਣ ਮਤਲਬ ਹੈਦਰ ਦੀ ਵਾਰੀ ਆਈ ਹੈ, ਅਤੇ ਮੈਂ ਕਿਉਂਕਿ ਚਲੋ ਇਹਨੂੰ ਲੈ ਕੇ ਚੱਲਦੇ ਹਾਂ ਬਾਹਰ, ਜ਼ਰਾ ਇੰਜੋਏ ਕਰਦੇ ਹਾਂ ਬਾਹਰ ਦਾ ਮੌਸਮ ਹੈ ਬਈ। ਫੈਜ਼ਾ ਕਿਹਦਾ ਲੱਗ ਰਿਹਾ ਹੈ
ਪਿਓ ਬੇਟਾ ਜਿਹੜਾ ਨਹੀਂ ਜੀ ਬੂਹੇ ਘਰੋਂ ਨਿਕਲੇ ਨੇ ਅਤੇ ਇੱਕ ਦੋ ਵਪਾਰੀਆਂ ਕਰਨ ਲੱਗੇ ਨੇ ਅਤੇ ਪਲਾਟ 'ਤੇ ਪਹੁੰਚੇ ਖੋਤੇ ਨੇ ਅਤੇ ਨਾਂਦਾ ਖਾਰਾ ਬਾਹਰ ਹੀ ਚੱਲ ਰਿਹਾ ਹਾਂ ਹੱਥ ਫੜੂ ਬਾਹਰ ਅਸੀਂ ਆਏ ਸੀ ਜੀ ਜੱਟ ਹੋਰ ਵੀ ਇੰਜੋਏ ਕਰੀਏ ਆ ਲੇਕਿਨ ਬਾਰਿਸ਼ ਜਿਹੜੀ ਹੈ ਨਾ ਫਿਰ ਸਟਾਰਟ ਹੋ ਗਈ ਹੈ ਛੋਟੀਆਂ ਛੋਟੀਆਂ ਕਣੀਆਂ ਜਿਹੜੀਆਂ ਨਾ ਦੁਬਾਰਾ ਪੈਣ ਲੱਗ ਪਈਆਂ ਨੇ ਕਾਕੇ ਨੂੰ ਜਿਹੜਾ ਨਾ ਜੀ ਕੱਪੜੇ 'ਚ ਲਪੇਟ ਲਿਆ ਕਿਉਂਕਿ ਬਾਰਿਸ਼ ਜਿਹੜੀ ਹੈ ਨਾ ਉਹ ਬੱਚਿਆਂ ਨੂੰ ਨਹੀਂ ਸਹੀ ਹੁੰਦੀ ਹਾਂ ਤੇ ਫਿਰ ਅਸੀਂ ਜਿਹੜਾ ਹੁਣ ਵਾਪਸ ਕਰ ਜਾਂਦੇ ਪਏ ਚਲੋ ਜੀ ਹਾਂ ਇੱਧਰ ਚੈੱਕ ਕਰੋ ਜੀ ਇਹ ਹਾਲਾਂਕਿ ਇਹ ਜਿਹੜੀ ਜਗ੍ਹਾ ਹੈ ਨਾ ਇਹ ਬਿਲਕੁਲ ਰੇਤਲੀ ਜਿਹੀ ਜ਼ਮੀਨ ਹੈ ਇੰਨੀ ਮਾਸ਼ਾਅੱਲਾ ਬਾਰਿਸ਼ ਆਈ ਹੈ ਨਾ ਕਿ ਪਾਣੀ ਜਿਹੜਾ ਨਾ ਖੜ੍ਹਾ ਹੋ ਗਿਆ ਇਹ ਹਾਲਾਂਕਿ ਹੋਰ ਅੱਧੇ ਘੰਟੇ ਨੂੰ ਜਾਂ ਘੰਟੇ ਨੂੰ ਪਾਣੀ ਕੋਈ ਨਹੀਂ ਹੋਣਾ ਲੇਕਿਨ ਫਿਲਹਾਲ ਚੈੱਕ ਕਰੋ ਕਿੰਨਾ ਨਾ ਤਲਾਬ ਬਣਿਆ ਖਲਾ ਔਰ ਇੱਧਰ ਵੀ ਸਾਰਾ ਪਾਣੀ ਪਾਣੀ ਹੋ ਗਿਆ ਚਲੋ 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 ਬੇਟਾ ਚਲੋ ਸਾਡੇ ਸਾਰਿਆਂ ਦਾ ਦਿਲ ਆਇਆ ਸੀ ਕਿ ਅੱਜ ਅਸੀਂ ਨਾ ਬਾਹਰ ਜਾ ਕੇ ਨਾ ਚਾਵਲ ਸ਼ਾਵਲ ਬਣਾਵਾਂਗੇ ਉੱਥੇ ਬਾਹਰ ਨਾ ਪਾਰਕ 'ਚ ਬਹਿ ਕੇ ਲੇਕਿਨ ਭਾਈ ਸਾਹਿਬ ਅੱਲਾ ਮੀਆਂ ਨੇ ਆਖਿਆ ਕਿ ਅੱਜ ਮੈਂ ਤੁਹਾਡੀ ਰੀਝ ਜਿਹੜੀ ਹੈ ਨਾ ਸਾਰੀ ਲਾਹ ਕੇ ਫਿਰ ਹੀ ਬੱਸ ਕਰਨੀ ਹੈ ਬਾਰਿਸ਼ ਤੋਂ ਵਰਨਾ ਮੈਂ ਅੱਜ ਬਾਰਿਸ਼ ਦੀ ਬੱਸ ਨਹੀਂ ਕਰਨੀ ਹਾਲੇ ਵੀ ਮਾਸ਼ਾਅੱਲਾ ਬਾਰਿਸ਼ ਜਿਹੜੀ ਹੈ ਨਾ ਜੀ ਉਹ ਆਈ ਜਾਂਦੀ ਹੈ ਕਦੀ ਥੋੜ੍ਹੀ ਜਿਹੀ ਤੇਜ਼ ਹੋ ਜਾਂਦੀ ਹੈ ਕਦੀ ਸਲੋ ਹੋ ਜਾਂਦੀ ਹੈ ਲੇਕਿਨ ਬਾਰਿਸ਼ ਜਿਹੜੀ ਹੈ ਨਾ ਰੁਕੀ ਨਹੀਂ ਹੈ ਇੱਥੇ ਜਿਹੜਾ ਨਾ ਅੱਗ ਬਾਲ ਲਈਏ ਔਰ ਚਾਵਲ ਵਗੈਰਾ ਜਿਹੜਾ ਨਾ ਉਹ ਪਕਾ ਰਿਹਾ ਫਿਲਹਾਲ ਚਾਵਲ ਹੁਣ ਕਿਹੜੇ ਪਕਾਉਂਦੀ ਪਈ ਪੁਲਾਓ ਖਾਲੀ ਪੁਲਾਓ ਕਿ ਰਵਾਂ ਵਾਲੇ ਪੁਲਾਓ ਨਹੀਂ ਤੂੰ ਆਖਿਆ ਸੀ ਸਫੈਦ ਵੀ ਚਿੱਟੇ ਚਾਵਲ ਰਵਾਂ ਵਾਲੇ ਨਹੀਂ ਸੀ ਵੈਸੇ ਪੁਲਾ ਦੇ ਵਿੱਚ ਸੁੱਟ ਦਿਓ ਤੇ ਫਿਰ ਵੀ ਕੋਈ ਮਸਲਾ ਨਹੀਂ ਉਹ ਸੋਹਣੇ ਸਹੀ ਲੱਗਦੇ ਨੇ ਜਦੋਂ ਤੂੰ ਪਾਣੀ ਪਾਉਣਾ ਹੈ ਨਾ ਉਹਨੂੰ ਵਿੱਚ ਪਾ ਦੇਵੀ ਚਾਵਲਾਂ ਦੇ ਪਾਉਣ ਤੋਂ ਪਹਿਲਾਂ ਉਹਨੂੰ ਸੇਕ ਲੱਗ ਜਾਣਾ ਹਾਂਜੀ ਕੀ ਕਰ ਆਪ ਉਭਰ ਕੇ ਕਰਨੇ ਗਏ ਥੇ ਆਪਕਾ ਸਰ ਫਿਰ ਗੀਲਾ ਹੋ ਗਿਆ ਬਾਰਿਸ਼ ਮੈਂ ਫਿਰਤੇ ਰਹੇ ਹੋ ਫੈਜ਼ਾ ਆਪ ਬੁਖਾਰ ਹੋ ਜਾਏਗਾ ਬੇਟਾ ਆਪ ਬਸ ਕਰੋ ਇੱਕ ਵਾਰ ਨਾ ਲਈਏ ਨਾ ਬਸ ਠੀਕ ਹੈ ਬਾਰਿਸ਼ ਜਿਹੜੀ ਹੈ ਨਾ ਜੀ ਉਹ ਤੇ ਮਾਸ਼ਾਅੱਲਾ ਠੀਕ ਠਾਕ ਆਈ ਹੈ ਲੇਕਿਨ ਨਾ ਹਵਾ ਇੰਨੀ ਜ਼ਿਆਦਾ ਤੇਜ਼ ਆਈ ਨਾ ਆਂਧੀ ਨਾ ਤੂਫਾਨ ਨਾ ਕੁਛ ਵੀ ਨਹੀਂ ਲੇਕਿਨ ਬਿਜਲੀ ਜਿਹੜਾ ਹੈ ਨਾ ਜੀ ਸਾਈਆਂ ਨੇ ਉਸੇ ਟਾਈਮ ਦੀ ਬੰਦ ਕੀਤੀ ਹੋਈ ਹੈ ਔਰ ਹਾਲੇ ਤੱਕ ਵੀ ਬਿਜਲੀ ਜਿਹੜੀ ਹੈ ਨਾ ਉਹਨਾਂ ਨੇ ਨਹੀਂ ਚਲਾਈ ਸ਼ਾਮ ਦਾ ਟਾਈਮ ਹੁੰਦਾ ਪਿਆ ਹਨੇਰਾ ਹੁੰਦਾ ਪਿਆ ਅਤੇ ਹਾਲੇ ਬਿਜਲੀ ਜਿਹੜੀ ਹੈ ਨਾ ਜੀ ਉਹਦਾ ਕੋਈ ਇਮਕਾਨ ਨਹੀਂ ਹੈ ਕਿਉਂਕਿ ਬਾਰਿਸ਼ ਵੀ ਹਾਲੇ ਤੀਕਰ ਚੱਲਦੀ ਪਈ ਹਾਲਾਂਕਿ ਬਾਰਿਸ਼ 'ਚ ਬਿਜਲੀ ਦਾ ਐਡਾ ਕੋਈ ਮਸਲਾ ਨਹੀਂ ਬਣਦਾ ਹਵਾ ਚੱਲਦੀ ਵੀ ਹੋਵੇ ਤਾਂ ਫਿਰ ਮਸਲਾ ਹੁੰਦਾ ਕਿ ਹਵਾ ਨਾਲ ਇਹ ਤਾਰਾਂ ਜਿਹੜੀਆਂ ਨਾ ਆਪਸ ਵਿੱਚ ਟੱਚ ਹੁੰਦੀਆਂ ਨੇ ਅਤੇ ਫਿਰ ਜਿਹੜਾ ਨਾ ਪਿੱਛੋਂ ਧਮਾਕੇ ਹੋ ਜਾਂਦੇ ਨੇ ਜਾਂ ਫਿਰ ਟਰਾਂਸਫਾਰਮਰ ਜਿਹੜੇ ਨਾ ਉਹ ਸੜ ਸੁੜ ਜਾਂਦੇ ਨੇ ਜਾਂ ਡੀਆਂ ਸੜ ਜਾਂਦੀਆਂ ਨੇ ਕੁਛ ਵੀ ਮਸਲਾ ਬਣ ਸਕਦਾ ਲੇਕਿਨ ਹਵਾ ਨਾ ਹੋਵੇ ਤਾਂ ਜਿੰਨੀ ਮਰਜ਼ੀ ਬਾਰਿਸ਼ ਆਵੇ ਨਾ ਕਦੀ ਕੁਛ ਨਹੀਂ ਹੁੰਦਾ ਕਿਉਂਕਿ ਅੱਧੀ ਤੋਂ ਜ਼ਿਆਦਾ ਬਾਰਿਸ਼ ਤਾਂ ਉਹਨਾਂ ਨੇ ਬਿਜਲੀ ਬੰਦ ਕੀਤੀ ਨਹੀਂ ਨਾ ਬਾਰਿਸ਼ 'ਚ ਹੀ ਬਿਜਲੀ ਵੀ ਆਈ ਰਹੀ ਹੈ ਬਾਰਿਸ਼ ਵੀ ਆਉਂਦੀ ਰਹੀ ਆ ਬਾਅਦ ਵਿੱਚ ਉਹਨਾਂ ਨੇ ਬੰਦ ਕਰਕੇ ਜਨਾਬ ਹੁਣ ਜਿਹੜਾ ਨਾ ਬੈਠੇ ਹੋਏ ਨੇ ਅਤੇ ਘਰ ਜਿਹੜਾ ਨਾ ਜੀ ਪੂਰਾ ਹਨੇਰੇ ਨਾਲ ਭਰਿਆ ਪਿਆ ਮੇਰਾ ਮਾੜਾ ਜਿਹਾ UPS ਹੈ ਜੀ ਐਵੇਂ ਨਾ ਛੋਟੀ ਜਿਹੀ ਬੈਟਰੀ ਰੱਖੀ ਹੋਈ ਹੈ UPS ਰੱਖਿਆ ਵੀ ਬਾਅਦ ਵਕਤ ਅਗਰ ਬਿਜਲੀ ਨਾ ਹੋਵੇ ਨਾ ਤਾਂ ਇੱਕ ਅੱਧਾ ਬਲਬ ਜਿਹੜਾ ਨਾ ਉਹ ਬੰਦਾ ਚਲਾ ਲਵੇ ਉਹ ਹੁਣ ਫਿਲਹਾਲ ਚਲਾਇਆ ਔਰ ਇਹ ਵਾਲਾ ਬਲਬ ਜਿਹੜਾ ਨਾ ਇੱਕ ਚੱਲਦਾ ਪਿਆ ਅਤੇ ਇੱਥੇ ਸਾਡੇ ਕੋਲ ਨਾ ਗਰਾਜ 'ਚ ਰੋਸ਼ਨੀ ਹੈ ਇੱਥੇ ਹੀ ਅਸੀਂ ਹੁਣ ਖਾਣ ਪਕਾਉਣ ਕਰ ਲੈਣਾ ਵਾ ਇੱਥੇ ਹੀ ਖਾ ਖੂ ਲਵਾਂਗੇ ਅਗਰ ਤਾਂ ਬਿਜਲੀ ਆ ਗਈ ਤਾਂ ਫਿਰ ਅੰਦਰ ਚਲੇ ਜਾਵਾਂਗੇ ਨਹੀਂ ਤਾਂ ਜਿੰਨੀ ਦੇਰ ਬਿਜਲੀ ਨਹੀਂ ਆਉਂਦੀ ਫਿਰ ਸਾਨੂੰ ਇੱਥੇ ਰੁਕਣਾ ਪਏਗਾ ਕਿਉਂਕਿ ਅੰਦਰ ਹੋ ਸਕਦਾ ਸ਼ਾਇਦ ਗਾਬਰ ਵਗੈਰਾ ਜਿਹੜੀ ਹੈ ਨਾ ਹੋਵੇ ਫੈਜ਼ਾ ਰਾਣੀ ਬੇਟੇ ਆਪ ਕਿਉਂ ਐਸਾ ਕਰਤੇ ਹੋ ਆਪ ਕਿਉਂ ਬੀਚ ਬੀਚ ਮੇ ਬਸ ਘੁਸੇ ਹੀ ਰਹਤੇ ਹੋ ਕਾਮ ਮੇ ਹੈ ਇਹਦੇ ਵਿੱਚ ਕਿਉਂ ਤੂੰ ਚਾਵਲ ਕਿਉਂ ਕੁੱਟੇ ਆਪਨੇ ਚਾਵਲੋਂ ਕੋ ਕਿਆ ਕਰਨਾ ਤਾਂ ਕੁੱਟ ਕੇ ਤੂੰ ਚਾਵਲ ਤੋਂ ਨਹੀਂ ਕੁੱਟਦੇ ਬੰਦੇ ਨਹੀਂ ਨਹੀਂ ਕੁੱਟਦੇ ਹਰ ਗੱਲ ਤੇ ਤੂੰ ਆਪਣੀ ਕਰਨੀ ਹੁੰਦੀ ਇਹ ਕਿਆ ਕਰ ਰਹੀ ਹੋ ਉਹ ਨਾ ਕਰੀ ਡੱਬੀ ਖਰਾਬ ਹੋ ਜਾਣੀ ਨਾ ਕਰ ਓਏ ਨਾ ਕਰ ਇਹਨੂੰ ਰੋਕ ਯਾਰ ਵਿੱਚੇ ਜਨ ਕੰਮ ਤਾਂ ਕਰਨਾ ਹੀ ਹੈ
ਅਲਹਮਦੁਲਿਲਾ ਜੀ, ਚਾਵਲ ਸਾਡੇ ਜਿਹੜੇ ਨਾ ਜੀ ਉਹ ਤਿਆਰ ਹੋ ਗਏ ਹੋਏ ਨੇ, ਲੇਕਿਨ ਸਭ ਤੋਂ ਪਹਿਲੇ ਜਿਹੜੀ ਹੈ ਨਾ ਬਿਸਮਿਲ੍ਲਾ ਇਹਨੇ ਕੀਤੀ ਹੈ। ਇਹ ਸਾਡੀ ਜਿਹੜੀ ਹੈ ਚੀਚੋ ਜਿਹੀ ਹੈ, ਚਾਵਲ ਸਹੀ ਹੈ, ਹੈ ਮੇਰੀ ਬਾਤ ਸੁਣੋ, ਮੁਝੇ ਤਾਂ ਜਵਾਬ ਦਿਓ, ਕਿਆ ਹੈ ਚਾਵਲ ਸੀ ਪੱਕੇ? ਵੈਰੀ ਗੁੱਡ, ਅੱਛਾ ਖਾ ਲਓ, ਠੀਕ ਹੈ। ਔਰ ਇੱਧਰ ਬੱਚਿਆਂ ਨੂੰ ਵੀ ਜਿਹੜਾ ਨੇ ਜੀ ਚਾਵਲ ਦਿੰਦੇ ਹਾਂ, ਦਿਸਦੇ ਤਾਂ ਸਹੀ ਪਏ, ਉਹਨਾਂ ਨੂੰ ਵਿਖਾਵੇ ਨਾ ਪਹਿਲਾਂ। ਅਲਹਮਦੁਲਿਲਾ ਜੀ, ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਲਓ ਜੀ ਲਿਆਓ ਜੀ, ਪਾਈ ਆਓ, ਇਹ ਪੈਸਾ ਖਾਣੀ ਹੈ ਨਾ, ਹੈ ਨਾ, ਇਹ ਐਜਾ ਨਹੀਂ ਖਾਣੀ ਹੈ, ਇਹ ਮਿਰਚੀ ਫੈਜ਼ਾ ਨਹੀਂ ਖਾਣੀ ਹੈ, ਇਹ ਮਿਰਚੀ ਖਾਣੀ ਹੈ, ਇਹ ਚਾਵਲ ਖਾਣੇ ਹੈ। ਲੈ ਵੀ ਬਿਲਾਲ ਪਕੜ, ਚਲੋ ਜੀ ਮੁਝੇ ਵੀ ਦੋ ਪਏ। ਬਾਰਿਸ਼ ਜਿਹੜੀ ਹੈ ਨਾ ਜੀ ਉਹ ਹਾਲੇ ਤੱਕ ਰੁਕੀ ਕੋਈ ਨਹੀਂ ਹੈ, ਔਰ ਬਿਜਲੀ ਹਾਲੇ ਤੱਕ ਆਈ ਕੋਈ ਨਹੀਂ ਹੈ। ਯੂ ਪੀ ਐੱਸ ਸਾਡਾ ਮਾੜਾ ਜਿਹਾ ਹੈ, ਉਹ ਇੱਕ ਬਲਬ ਬਲਦਾ ਪਿਆ, ਉਹਦੇ 'ਤੇ ਫਿਲਹਾਲ ਜਿਹੜਾ ਨਾ ਜੀ ਗੁਜ਼ਾਰਾ ਚੱਲਦਾ ਪਿਆ। ਅਗਰ ਬਿਜਲੀ ਨਾ ਆਈ ਤਾਂ ਇੱਥੇ ਗਿਰਾਜ 'ਚ ਚਾਰ ਪਾਈਆਂ ਪਾ ਕੇ ਨਾ ਸਾਨੂੰ ਸੌਣਾ ਵੀ ਪੈਣਾ, ਕਿਉਂਕਿ ਅੱਗੇ ਜਿਹੜੀ ਹੈ ਨਾ ਹਬਸ ਹੈ, ਗਰਮੀ ਨਹੀਂ ਹੈ ਹਬਸ ਹੈ। ਔਰ ਅਗਰ ਬਿਜਲੀ ਆ ਜਾਵੇ ਨਾ ਤਾਂ ਮਾੜਾ ਮੋਟਾ ਪੱਖਾ ਚੱਲੇਗਾ ਨਾ ਅਤੇ ਉਹ ਮੌਸਮ ਵੀ ਸੈੱਟ ਹੋ ਜਾਏਗਾ, ਲੇਕਿਨ ਜਿੰਨੀ ਦੇਰ ਬਿਜਲੀ ਨਹੀਂ ਆਉਂਦੀ ਨਾ ਸਾਨੂੰ ਇੱਥੇ ਗਿਰਾਜ 'ਚ ਜਿਹੜਾ ਨਾ ਉਹ ਗੁਜ਼ਾਰਾ ਕਰਨਾ ਪੈਣਾ। ਲਿਆ ਜੀ ਬਿਸਮਿਲ੍ਲਾ ਰਹਿਮਾਨ, ਲਾਲ ਲਾਲ ਮਿਰਚਾਂ ਮੇਰੇ ਲਈ ਸਾਡੇ ਕੋਲ, ਹਾਂਜੀ ਬੇਟਾ ਦੇ ਦੇ, ਇਹ ਦੇਖੋ ਸਾਰੇ ਮਿਰਚੀ ਮੁਝੇ ਦੇ ਰਹੇ, ਚਲੋ ਜੀ ਮੁਝੇ ਦੇ ਦੋ ਜੀ, ਮੈਂ ਖਾ ਲਿਆ। ਸਾਰੀਆਂ ਫਿਰ ਮੇਰੇ ਜਿਹੜੇ ਨਾ ਪਲੇਟ ਚ ਆਏ, ਸਾਰੀਆਂ ਮਿਰਚਾਂ ਹੀ ਮਿਰਚਾਂ, ਹਾਂ